महाराज कहते पर स्त्री गमन ना करे, विश्वागामी ना होवे, इस कलंक नु ऐसा समझे भी जो ना मिटन वाला है। निशंक होवे कैसो रमै नहि ताही, गुरु का सिख विश्वागामी निशंक होके ना जावे विश्वा दे द्वारे ते। और सब रहे ता दिद राखो, और भी जड़ी रहता ने केसा भी रहत है, तम्बाकू तो बचना है, कुत्ते तो बचना है, ये रहता पक्के होके रखनिया खालसे ने। धीरज तार कहते गो नाही, खालसे भी रहत पक्के होके, क्योंकि जब रहत रखी दी है ना कुछ दिक्कतां भी आंदी हैं, रहत तो डरते मारे अमृत नहीं छकते, कहते हौसला रख के इस राह से तुरिया रवे, ये राह नूं त्यागे ना। जो जग झूठ सो धर्म विनाशक, मारे कहते जगत झूठ जेड़ा नाम ही लेना माड़ा है, ओनू आम बोली चौरासी वाले तम्बाकू कहते ने, खालसा ओनू जगत झूठ ही कहता, जगत की सब तो झूठी गंदी अपवित्र चीज जेड़ी है ओ जगत झूठ। कहते ये धर्म विनाशक, कोई भी धर्म स्थान ते मुसलमान मसीत नहीं बढ़ देंगे, चंगे जेड़े सियाने विद्वान हिंदू धर्म मनण वाले मंदिर च नहीं बढ़न देंगे, क्योंकि स्कंद पुराण विच इहदा खंडन आया है, होर भी पुराणा ग्रंथां विच इस बूटी नूं बड़ा माड़ा धर्म विनाशक कहा गया है। ना छूगो वो करी है बिद काही, इहनूं छूणा नहीं किसे तरह भी, इहनूं हाथ नहीं लाउणा, इहदा वपार नहीं करना, इहदा किसे तरह नाल इस्तेमाल नहीं करना। एक भाई जय सिंह जी खालकट शहीद होए ने पटियाले दे लागे, पटियाले तों सरहंद रोड ते पिंड बारनवां दा गुरुद्वारा तुसीं जा के दर्शन कर लेना, गरीब घर दे रविदासीए सिख सन, बहुत गरीबी सी, एक बच्चा सी, एक सिंघड़ी सी, ते कोलों सूबा सरहंद लंघिया जा रहा सी, उह सूबे सरहंद ने इक दा सूबा वजीर खां होया, ਉਹਨੂੰ ਤਾਂ ਬੰਦੇ ਨੇ ਮਾਰ ਦਿੱਤਾ ਸੀ। ਉਸ ਤੋਂ ਬਾਅਦ ਜਦੋਂ ਬਾਬਾ ਬੰਦਾ ਸਿੰਘ ਜੀ ਸ਼ਹੀਦ ਹੋ ਗਏ, ਫਿਰ ਤੁਰਕਾਂ ਨੇ ਕਬਜ਼ਾ ਕਰ ਲਿਆ ਸੀ ਸਰਹੰਦ, 50 ਸਾਲ ਫਿਰ ਸਰਹੰਦ ਤੇ ਤੁਰਕਾਂ ਦਾ ਕਬਜ਼ਾ ਰਿਹਾ, ਬਾਅਦ ਵਿੱਚ ਫਿਰ ਖਾਲਸੇ ਨੇ ਸਰਹੰਦ ਫਤਿਹ ਕੀਤੀ, ਜੈਨ ਖਾਨ ਨੂੰ ਮਾਰ, ਫਿਰ ਸਿੰਘਾਂ ਦਾ ਰਾਜ ਉੱਥੇ ਕਾਇਮ ਕਰਿਆ ਦੁਬਾਰਾ। ਉਹ ਜਿਹੜਾ 50 ਸਾਲ ਦਾ ਪੀਰ ਹੈ ਉਹਦੇ ਵਿੱਚ ਇੱਕ ਸੂਬਾ ਸੀ ਜਿਹੜਾ ਪਟਿਆਲੇ ਤੋਂ ਸਮਾਣੇ ਵੱਲ ਕਿਤੇ ਆ ਰਿਹਾ ਸੀ ਜਾਂ ਜਾ ਰਿਹਾ ਸੀ, ਉਹਦੇ ਕੋਲ ਭਾਰ ਸੀ ਕੋਈ ਚੁੱਕਣ ਵਾਲਾ, ਜਿਵੇਂ ਕੋਈ ਪੰਡ ਕਹਿ ਲਓ, ਉਹ ਪੰਡ ਚੁੱਕਣ ਲਈ ਭਾਈ ਜੈ ਸਿੰਘ ਨੂੰ ਫੜ ਲਿਆ, ਉਦੋਂ ਰਾਹ ਜਾਂਦੇ ਨੂੰ ਬਗਾਰ ਫੜ ਲੈਂਦੇ ਸੀ ਗਰੀਬਾਂ ਬੰਦੇ ਨੂੰ, ਚੱਲ ਚੁੱਕ ਕੇ ਆ ਸੁੱਟ ਕੇ ਆ, ਗਰੀਬ ਬੰਦੇ ਨੂੰ ਮੰਗਣੀ ਪੈਂਦੀ ਸੀ। ਜਦੋਂ ਫੜ ਲਿਆ ਤੇ ਭਾਈ ਜੈ ਸਿੰਘ ਜੀ ਕਹਿੰਦੇ ਵੀ ਸੂਬਾ ਜੀ ਮੈਂ ਇਹ ਭਾਰ ਚੁੱਕ ਕੇ ਛੱਡਾਂ ਨਾ, ਕੋਈ ਗੱਲ ਨਹੀਂ ਸੇਵਾ ਹੀ ਹੈ, ਪਰ ਮੈਨੂੰ ਇਹ ਦੱਸੋ ਇਹਦੇ 'ਚ ਹੈ ਕੀ, ਉਹ ਕਹਿੰਦੇ ਹੋਊਗਾ। ਜੈ ਸਿੰਘ ਕਹਿੰਦਾ ਫਿਰ ਮੈਂ ਨਹੀਂ ਛੱਡ ਸਕਦਾ, ਕਿਉਂਕਿ ਹੋਰ ਕੋਈ ਚੀਜ਼ ਹੋਵੇ ਮੈਂ ਤੁਹਾਡੀ ਸਰਹੰਦ ਤੋਂ ਚਲਾਵਾਂਗਾ ਛੱਡ ਆਵਾਂਗਾ, ਪਰ ਜਿਹੜੀ ਚੀਜ਼ ਦਾ ਤੁਸੀਂ ਨਾਂ ਲਿਆ ਇਹਨੂੰ ਹੱਥ ਲਾਉਣਾ ਵੀ ਮਾੜਾ ਮੇਰੇ ਵਾਸਤੇ, ਮੇਰੇ ਧਰਮ ਦੇ ਵਿਰੋਧ ਹੈ, ਮੈਂ ਨਹੀਂ ਵਰਤਾਂਗਾ, ਹੱਥ ਨਹੀਂ ਲਾਵਾਂਗਾ। ਤੂੰ ਮੈਂ ਨਾਲ ਹੋ ਗਈ, ਵਿਵਾਦ ਹੋ ਗਿਆ, ਅਖੀਰ ਭਾਈ ਸਾਹਿਬ ਨੂੰ ਪੁੱਠਾ ਟੰਗ ਕੇ, ਉਹ ਦਰਖਤ ਅਜੇ ਮੌਜੂਦ ਹੈ, ਪਿੰਡ ਦੀ ਸੰਗਤ ਨੇ ਗੁਰਦੁਆਰਾ ਬਣਾਇਆ ਇਸ ਕਰਕੇ ਉਹ ਦਰਖਤ ਸਾਂਭਿਆ ਹੋਇਆ, ਜਿਹਦੇ ਨਾਲ ਭਾਈ ਸਾਹਿਬ ਜੀ ਨੂੰ ਪੁੱਠਾ ਟੰਗ ਕੇ ਉਹਨਾਂ ਦੀ ਜਿਉਂਦਿਆਂ ਦੀ ਖੱਲ ਲਾ ਦਿੱਤੀ ਸੀ, ਇਸ ਕਰਕੇ ਉਹਨਾਂ ਦਾ ਨਾਮ ਖੱਲ ਕੱਟ, ਉਹਨਾਂ ਦੀ ਖੱਲ ਕੱਟੀ ਗਈ, ਯਾਨੀ ਉਹ ਸਰੀਰ ਦੇ ਉੱਪਰ ਜਿਹੜੀ ਚਮੜੀ ਹੈ ਉਧੇੜ ਦਿੱਤੀ, ਜਿਵੇਂ ਕਿਸੇ ਨੂੰ ਬੱਕਰੇ ਨੂੰ ਲਾਹ ਕੇ ਉਹਦੀ ਖੱਲ ਲਾਹ ਦਿੰਦੇ, ਜਿਉਂਦੇ ਜੀ ਭਾਈ ਸਾਹਿਬ ਜੈ ਸਿੰਘ, ਪਰ ਉਹਨਾਂ ਨੇ ਇਸ ਜਗਤ ਜੂਗ ਨੂੰ ਹੱਥ ਨਹੀਂ ਲਾਇਆ। ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਖਾਲਸਾ ਇਸ ਜਗਤ ਜੂਗ ਦਾ ਤਿਆਗੀ ਹੋਵੇਗਾ, ਤੀਰ ਇਸ਼ਨਾਨ ਜਪੋ ਸਤਨਾਮ, ਔਰ ਅੰਮ੍ਰਿਤ ਵੇਲੇ ਠੰਡੇ ਪਾਣੀ ਨਾਲ ਇਸ਼ਨਾਨ ਕਰਨਾ, ਵੈਸੇ ਤਾਂ ਮਾਫ ਕਰਨਾ ਮੈਨੂੰ ਯਾਦ ਪੈ ਗਈ ਸੀ ਠੰਡੇ ਗਰਮ ਪਾਣੀ ਦਾ ਨਾਲ ਜੀ, ਤੇ ਲਗਭਗ ਇੱਥੇ ਸਾਰਿਆਂ ਨੂੰ ਪਈ ਹੋਈ ਹੈ, ਪਰ ਕੁਝ ਦਿਨਾਂ ਤੋਂ ਫਿਰ ਪ੍ਰੇਰਨਾ ਹੋਈ ਵੀ ਠੰਡੇ ਨਾਲ ਕਰਕੇ ਵੇਖੀ, ਲੱਗਦਾ ਤੇ ਔਖਾ ਸੱਚੀ ਗੱਲ ਹੈ, ਜਦੋਂ ਠੰਡਾ ਠੰਡਾ ਉਭਾਰੇ ਨਾਲ ਭੱਤੀ ਪੈਂਦਾ ਪਿੰਡੇ ਤੇ ਇੱਕ ਵਾਰੀ ਤੇ, ਪਰ ਉਹ ਜਿਹੜੀ ਕੰਬਣੀ ਛਿੜਦੀ ਹੈ ਨਾ ਉਹਦੇ ਨਾਲ ਸਰੀਰ ਦੇ ਵਿੱਚੋਂ ਬੜੀਆਂ ਬਿਮਾਰੀਆਂ ਨਿਕਲਦੀਆਂ, ਸਾਰਾ ਸਰੀਰ ਜਿਹੜਾ ਨਾ ਇੱਕ ਵਾਰੀ ਤਿਆਰ ਤਿਆਰ ਹੋ ਜਾਂਦਾ,
ਇਸ ਕਰਕੇ ਠੰਡੇ ਜਲ ਦੇ ਨਾਲ ਗੁਰੂ ਘਰ ਸਿੰਘ ਇਸ਼ਨਾਨ ਕਰੇ। ਹਾਂ, ਜੇ ਕੋਈ ਬਿਮਾਰ ਹੈ, ਕੋਈ ਬਜ਼ੁਰਗ ਹੈ, ਤੇ ਜੇ ਉਹਨੂੰ ਕੋਈ ਬਿਮਾਰੀ ਕਰਕੇ ਜਾਂ ਬਜ਼ੁਰਗੀ ਕਰਕੇ ਸਿਹਤ ਕਰਕੇ ਕੋਈ ਜਾਂ ਮੌਸਮ ਕਰਕੇ ਕਿਤੇ ਪਾਣੀ ਕੋਸਾ ਕਰਨਾ ਪੈ ਜਾਵੇ, ਉਹ ਬੱਜਤ ਵਗੈਰਾ ਨਹੀਂ ਬਣਦੀ। ਇਹ ਵੀ ਨਾ ਕਹਿ ਦੇ ਵਿਕਾਰ ਨੂੰ ਜਿਹੜਾ ਵਿਚਾਰਾ ਸਰੀਰ ਨਹੀਂ ਮੰਨਦਾ ਉਹ ਜਾ ਕੇ ਠੰਡੇ ਪਾਣੀ ਥੱਲੇ ਉਹਦੀ ਦੰਦ ਜੁੜੇ ਹੋਣ। ਮੈਂ ਤਾਂ ਪਹਿਲਾਂ ਦੱਸ ਰਿਹਾ ਕੱਟੜਤਾ ਨਹੀਂ ਹੈਗੀ ਸਿੱਖੀ ਵਿੱਚ, ਪਰ ਠੰਡੇ ਪਾਣੀ ਦਾ ਹੁਕਮ ਇਸ ਕਰਦੇ ਹਾਂ ਕਿ ਸਿਹਤ ਲਈ। ਭਾਈ ਕਾਨ ਸਿੰਘ ਜੀ ਨਾਭਾ ਨੇ ਵੀ ਦੇਖਿਆ ਵੀ ਪੱਟੇ ਜਿਹੜੇ ਨੇ ਮਜ਼ਬੂਤ ਹੁੰਦੇ ਨੇ, ਗਰਮ ਪਾਣੀ ਨਾਲ ਨਹਾਉਂਦੇ ਸਾਡੇ ਪੱਟੇ ਜਿਹੜੇ ਨੇ ਇਹ ਕਮਜ਼ੋਰ ਪੈਂਦੇ ਨੇ। ਅਤੇ ਸਿਹਤ ਕਰਕੇ ਮਹਾਰਾਜ ਕਹਿੰਦੇ ਠੰਡੇ ਜਲ ਨਾਲ ਇਸ਼ਨਾਨ ਕਰੋ, ਜਪੋ ਸਤ ਨਾਮ। ਇਸ਼ਨਾਨ ਕਰਦਿਆਂ ਮੂੰਹ ਤੋਂ ਠੰਡਾ ਪਾਣੀ ਜਦੋਂ ਪਾਈਏ ਤਾਂ ਵਾਹਿਗੁਰੂ ਵਾਹਿਗੁਰੂ ਮੂੰਹ ਤੋਂ ਬੱਲੋ ਬੱਲੀ ਨਿਕਲਦਾ। ਅਤੇ ਇਸ ਕਰਕੇ ਸਤਨਾਮ ਸ੍ਰੀ ਵਾਹਿਗੁਰੂ 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 ਜਪਣਾ ਕਰੋ। ਕਰੋ ਦਾਨ ਔਰ ਭਰੇ ਵਾਸਤੇ ਆਪਣੀ ਕਮਾਈ ਚੋਂ ਦਾਨ ਕਰੋ, ਲੋੜਵੰਦਾਂ ਵਾਸਤੇ ਗਰੀਬਾਂ ਵਾਸਤੇ ਲੰਗਰ ਲਾਓ, ਗੁਰੂ ਘਰ ਚ ਮਾਇਆ ਦਿਓ। ਕੋਈ ਗਰੀਬ ਦਾ ਮੂੰਹ ਗੁਰੂ ਨਹੀਂ ਸਮਝ ਕੇ ਗੁਰਕੀ ਅੰਨ ਨਹੀਂ ਪਾਓ। ਜੇ ਕੋਈ ਬੱਚਾ ਕਿਸੇ ਦਾ ਪੜ੍ਹ ਨਹੀਂ ਸਕਦਾ ਪੈਸੇ ਖਣੋ, ਉਹਦੀ ਫੀਸ ਦੇ ਕੇ ਬੱਚੇ ਨੂੰ ਪੜ੍ਹਾ ਦਿਓ। ਜੇ ਕੋਈ ਬਿਮਾਰ ਹੈ ਉਹਦੀ ਦਵਾ ਦਾਰੂ ਕਰ ਦਿਓ। ਜਿਹੜੀ ਮਾਇਆ ਨਾ ਗੁਰੂ ਦੀ ਬਖਸ਼ੀ ਹੋਈ ਉਹ ਭਰੇ ਦੇ ਕੰਮ ਤੇ ਖਰਚਣਾ ਕਰੋ। ਤੁਹਾਨੂੰ ਮੈਂ ਧਰਤੀ ਦਾ ਰਾਜ ਲੈ ਕੇ ਦੇਣਾ, ਤੁਸੀਂ ਇਸ ਧਰਤੀ ਦੇ ਰਾਜੇ ਹੋ ਖਾਲਸਾ ਜੀ। ਇਤਿਹਾਸ ਪੜ੍ਹੀ ਜਾਣ ਉਹ ਤੇ ਕਹਿੰਦੇ ਸੀ ਜੇ ਗੁਆਂਢਿਆਂ ਦੀ ਧਰ ਲੜਾਈ ਜਾਂਦੀ ਸਾਡੇ ਘਰ ਗੇੜਾ ਮਾਰ ਕੇ ਜਾਵੇ, ਪਰ ਅੱਜ ਕੱਲ ਅਸੀਂ ਡਰ ਡਰ ਕੇ ਦਿਨ ਕੱਢਦੇ ਹਾਂ। ਮੈਂ ਵੀ ਪਿੱਛੇ ਹੀ ਹਾਂ। ਉਹ ਅਣਖ ਉਹ ਗੈਰਤ ਉਹ ਸੂਰਬੀਰਤਾ ਵਿੱਚ ਰਹੀ ਨਹੀਂ ਖਾਲਸੇ ਨੇ, ਕਿਉਂ ਇੱਕ ਤਾਂ ਦਸਵੇਂ ਪਾਤਸ਼ਾਹ ਦੀ ਬਾਣੀ ਪੜ੍ਹਨੀ ਛੱਡ ਦਿੱਤੀ। ਜਦੋਂ ਦੀ ਦਸਵੇਂ ਪਾਤਸ਼ਾਹ ਦੀ ਬਾਣੀ ਚੰਡੀ ਦਾ ਵਾਰ ਦਾ ਨਿਤਨੇਮ ਛੱਡਿਆ ਸੀ ਇਹਨਾਂ ਨੇ, ਸਾਧ ਸੰਗਤ ਦੀ ਦਿਨੋ ਦਿਨ ਕਾਇਆ ਵੀ ਹੁੰਦੇ ਗਏ, ਬੁੱਝਦੇ ਵੀ ਹੁੰਦੇ ਗਏ। ਮਹਾਰਾਜ ਕਹਿੰਦੇ ਸੰਗਤ ਤੇ ਨਾ ਡਰੋ, ਜੰਗ ਤੋਂ ਨਹੀਂ ਡਰਨਾ। ਜਦੋਂ ਵੀ ਧਰਮ ਯੁੱਧ ਦੀ ਗੱਲ ਆਵੇ ਅੱਗੇ ਹੋ ਕੇ ਜੂਝਣਾ ਹੈ। ਸੂਰਮੇ ਬਣ ਕੇ ਯੋਧੇ ਬਣ ਕੇ ਧਰਮ ਦਾ ਯੁੱਧ ਕਰੋਗੇ ਤੁਹਾਨੂੰ ਰਾਜ ਮਿਲੇਗਾ, ਤੇ ਰਾਜ ਕਰਨਾ ਧਰਮ ਦਾ ਕਰਨਾ, ਪੱਖਪਾਤ ਦਾ ਨਹੀਂ ਕਰਨਾ। ਅੰਨਾ ਵੱਡੇ ਰਿਉੜੀਆਂ ਮੁੜ ਮੁੜ ਆਪਣਿਆਂ ਨੂੰ ਇਹ ਕੰਮ ਨਹੀਂ ਕਰਨਾ। ਆਪਣੇ ਮੁਲਕ ਹਿੰਦੂ ਰਹਿੰਦਾ ਹੋਵੇ, ਮੁਸਲਮਾਨ ਰਹਿੰਦਾ ਹੋਵੇ, ਈਸਾਈ, ਜੈਨੀ, ਬੋਧੀ, ਕਿਸੇ ਧਰਮ ਕਿਸੇ ਜਾਤੀ ਨੂੰ ਮੰਨਣ ਵਾਲਾ ਉਹਨੂੰ ਇਹ ਨਹੀਂ ਕਹਿਣਾ ਵੀ ਤੂੰ ਆਪਣਾ ਧਰਮ ਬਦਲ, ਉਹਨੂੰ ਧਾਰਮਿਕ ਤੌਰ ਤੇ ਵਿਤਕਰਾ ਕਰਕੇ ਦੁੱਖ ਨਹੀਂ ਦੇਣਾ। ਇਹ ਖਾਲਸੇ ਰਾਜ ਦੇ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਸੀ। ਇੱਕ ਮੁਸਲਮਾਨ ਬੜੇ ਸੁੰਦਰ ਲਿਖਾਰੀ ਪਵਿੱਤਰ ਕੁਰਾਨ ਦੀ ਪੋਥੀ ਲਿਖੀ, ਸੌਂਦੇ ਦੇ ਨਾਮ ਸੌਂਦੇ ਦੀ ਲਿਖਾਈ, ਪਰ ਜਦੋਂ ਉਹ ਕਿਤਾਬ ਪੂਰੀ ਹੋਈ ਪੋਥੀ ਕੁਰਾਨ ਸ਼ਰੀਫ ਤੇ ਮੁਸਲਮਾਨਾਂ ਦਾ ਰਾਜ ਖਤਮ ਹੋ ਗਿਆ ਤੇ ਸ਼ੇਰੇ ਪੰਜਾਬ ਦਾ ਰਾਜ, ਉਹ ਕੁਝ ਉਦਾਸ ਕਹਿੰਦੇ ਸ਼ੇਰੇ ਪੰਜਾਬ ਨੂੰ ਪਤਾ ਲੱਗਾ ਵੀ ਫਲਾਵੇ ਮੌਲਵੀ ਸਾਹਿਬ ਨੇ ਕੁਰਾਨ ਲਿਖੀ ਹੈ ਤੇ ਕੁਝ ਉਦਾਸ ਨੇ। ਬੁਲਾਇਆ ਮੌਲਵੀ ਸਾਹਿਬ, ਤੁਸੀਂ ਉਦਾਸ ਕਿਉਂ? ਕਹਿਣ ਲੱਗਾ ਸਿੰਘ ਸਾਹਿਬ ਕੀ ਦੱਸਾਂ, ਮੈਂ ਕੁਰਾਨ ਲਿਖੀ ਸੀ ਕਿਸੇ ਨਵਾਬ ਨੂੰ, ਕਿਸੇ ਵੱਡੇ ਬੰਦੇ ਨੂੰ, ਮੁਸਲਮਾਨਾਂ ਦੇ ਰਾਜੇ ਨੂੰ ਦਿਖਾਵਾਂਗਾ, ਕੁਝ ਮੇਰੇ ਗੁਜ਼ਾਰੇ ਜੋਗਾ, ਮੇਰੇ ਬਾਲ ਬੱਚਿਆਂ ਦਾ ਗੁਜ਼ਾਰਾ ਚੱਲੇਗਾ। ਬੜੀ ਮਿਹਨਤ, ਕਈ ਸਾਲਾਂ ਦੀ ਮੇਰੀ ਮਿਹਨਤ ਹੈ, ਮੈਂ ਸੌਂਦੇ ਦੇ ਨਾਲ ਲਿਖੀ ਹੈ, ਮੇਰਾ ਖਰਚਾ ਵੀ ਹੋਇਆ ਉਦਾਸੀ, ਇਸ ਕਰਕੇ ਵੀ ਇੰਨੀ ਮਿਹਨਤ ਬੇਕਾਰ ਗਈ। ਸ਼ੇਰੇ ਪੰਜਾਬ ਨੇ ਕੁਰਾਨ ਲੈ ਕੇ ਮੱਥੇ ਨੂੰ ਲਾਈ, ਕਹਿਣ ਲੱਗੇ ਖਜ਼ਾਨੇ ਖੋਲ ਦਿਓ, ਜਿੰਨਾ ਪੈਸਾ ਚਾਹੀਦਾ ਇਹਨਾਂ ਨੂੰ ਦਿਓ, ਮੌਲਵੀ ਸਾਹਿਬ ਨੂੰ।
ਇਹ ਰੱਬ ਦੀ ਪਰਮੇਸ਼ਰ ਦੀ ਬਾਣੀ ਲਿਖਣ ਵਾਲਾ ਸਾਧ ਸੰਗਤ ਦੀ ਧਰਮ ਗ੍ਰੰਥ ਜਿੰਨੇ ਵੀ ਨੇ ਨਾ, ਮਹਾਰਾਜ ਕਹਿੰਦੇ ਵੇਦ ਦੇਵ ਕਹੋ ਮਤ ਝੂਠੇ, ਉਹਨਾਂ ਨੂੰ ਝੂਠਾ ਨਾ ਕਹੋ, ਝੂਠਾ ਜੋ ਨਾਮ ਵਿਚਾਰ ਆਖੋ ਸਤਨਾਮ ਜਿਹੜਾ ਉਹਨਾਂ ਨੂੰ ਉਹਨਾਂ ਦੀ ਸਿੱਖਿਆ ਨੂੰ ਵਿਚਾਰਦਾ ਨਹੀਂ ਉਹ ਝੂਠਾ, ਉਹਨਾਂ ਵਿੱਚ ਤਾਂ ਰੱਬ ਦੀ ਗੱਲ ਲਿਖੀ ਹੋਈ ਹੈ। ਪਰ ਅਸੀਂ ਕੰਧ ਖੜੀ ਕੀਤੀ ਉਹਦੀ ਮੁਤਸਰ ਦੀ, ਇਹ ਮੁਸਲਮਾਨਾਂ ਦੀ ਕਿਤਾਬ ਹੈ, ਇਹ ਹਿੰਦੂਆਂ ਦੀ ਕਿਤਾਬ ਹੈ, ਇਹ ਈਸਾਈਆਂ ਦੀ ਕਿਤਾਬ ਹੈ, ਜਿਹਨਾਂ ਨੇ ਲਿਖੀ ਹੁੰਦੀ ਉਹ ਰੱਬ ਦੇ ਬੰਦੇ ਹੁੰਦੇ ਆ, ਉਹ ਇਸ ਲੈਵਲ ਤੋਂ ਉੱਚੇ ਉੱਚੇ ਲਿਖਦੇ ਹਨ। ਤੇ ਮਸ਼ੇਰੇ ਪੰਜਾਬ ਨੇ ਖਜ਼ਾਨੇ ਖੋਲ ਦਿੱਤੇ, ਮਾਲਾਮਾਲ ਕਰ ਦਿੱਤਾ ਉਹ ਮੌਲਵੀ ਨੂੰ। ਦੱਸੋ ਹੋਰ ਕਿਸੇ ਕੌਮ ਵਿੱਚ ਇੰਨਾ ਜਿਗਰਾ ਹੈ ਵੀ ਦੂਸਰੇ ਦੇ ਧਰਮ ਦੀ ਪੁਸਤਕ ਦਾ ਇੰਨਾ ਸਤਿਕਾਰ ਤੇ ਲਿਖਾਰੀ ਨੂੰ ਇੰਨਾ ਇਨਾਮ ਦੇ ਰਹੇ ਹਨ। ਕਾਸ਼ੀ ਦੇ ਵਿੱਚ ਵਿਸ਼ਵਨਾਥ ਦਾ ਮੰਦਰ ਬਣਿਆ, ਸ਼ੇਰੇ ਪੰਜਾਬ ਨੇ ਮਣਾਂ ਨੂੰ ਸੋਨਾ ਭੇਜਿਆ, ਅੱਜ ਵੀ ਤੁਸੀਂ ਉੱਪਰ ਜਾ ਕੇ ਉਸ ਸੋਨੇ ਦਾ ਗੁੰਬਜ ਹੈ ਲਿਖਿਆ ਹੋਇਆ, ਸੇਵਾ ਕਰਾਈ ਸਿੰਘ ਸਾਹਿਬ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਲੀਏ ਲਾਹੌਰ। ਕਾਸ਼ੀ ਦਾ ਮੰਦਰ ਦੇ ਬਣਤ ਇਤਿਹਾਸ ਵੀ ਸੁਣਾਉਂਦੇ ਆ, ਲਿਖਿਆ ਹੋਇਆ ਵੀ ਪੜ੍ਹ ਸਕਦੇ ਆ। ਮੰਦਰ ਹੋਵੇ ਮਸੀਤ ਹੋਵੇ ਖਾਲਸੇ ਦਾ ਹੱਥ ਖੁੱਲ੍ਹਾ ਹੀ ਰਹੇਗਾ। ਤੇ ਕਹਿੰਦੇ ਆ ਮਹਾਰਾਜ ਕਲਗੀਧਰ ਜੀ ਰਾਜ ਇਹੋ ਜਿਹਾ ਬਣਾਇਆ ਜੇ ਜਿਹਦੇ ਵਿੱਚ ਕਿਸੇ ਨਾਲ ਵਿਤਕਰਾ ਨਾ ਹੋਵੇ, ਆਖੋ ਸਤਨਾਮ ਸ੍ਰੀ, ਕਿਸੇ ਧਰਮ ਨੂੰ ਕੋਈ ਪਰੇਸ਼ਾਨੀ ਨਾ ਹੋਵੇ, ਇਹ ਤਾਂ ਖਾਲਸਾ ਇਹੋ ਜਿਹਾ ਰਾਜਾ ਹੋਵੇਗਾ। ਭੋਗ ਭੋਗ ਅਨੇਕ ਵਿਧਾਨਾ ਤੁਹਾਨੂੰ ਸਾਰੇ ਸੁੱਖ ਦੇਵਾਂਗਾ, ਐਸੀ ਵਸਤ ਜਗਤ ਮੇ ਨਾਹੀ, 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 ਜੋ ਮੈਂ ਦਈ ਖਾਲਸੇ ਨਾਹੀ, ਜੋ ਮੈਂ ਦਈ ਖਾਲਸੇ ਨਾਹੀ, ਐਸੀ ਵਸਤ ਜਗਤ ਮੇਂ ਨਾਹੀ, ਜੋ ਮੈਂ ਦਈ ਖਾਲਸੇ ਨਾਹੀ। ਸਰਦਾਰੀਆਂ ਬਾਦਸ਼ਾਹੀਆਂ ਨਵਾਬੀਆਂ ਤਖਤੋ ਤਾਜ ਹਰ ਤਰ੍ਹਾਂ ਦੀਆਂ ਰਿਧੀਆਂ ਸਿੱਧੀਆਂ ਰਿਧੀਆਂ ਮੈਂ ਆਪਣੇ ਖਾਲਸੇ ਨੂੰ ਦੇ, ਤੁਹਾਡਾ ਜਨਮ ਮਰਨ ਤੁਹਾਡੀ ਚੁਰਾਸੀ ਕੱਟ ਦਿੱਤੀ ਜਾਵੇਗੀ। ਆਨ ਪਿਖੋਂ ਆਪਣੇ ਨਾ ਸਮਾਨਾ, ਆਪਣੇ ਖਾਲਸਾ ਜੀ ਉੱਤੇ ਭਰੋਸਾ ਰੱਖਣਾ ਵੀ ਅਸੀਂ ਗੁਰੂ ਦੇ ਖਾਲਸੇ ਹਾਂ, ਗੁਰੂ ਨੇ ਸਾਨੂੰ ਸਭ ਤੋਂ ਸ਼੍ਰੋਮਣੀ ਬਣਾਇਆ, ਸਰਬ ਸ਼੍ਰੋਮਣ ਖਾਲਸਾ ਰਚਿਓ ਪੰਥ ਸੁਖ ਰਾਏ, ਪੂਰੀ ਦੁਨੀਆਂ ਦਾ ਸਰਦਾਰ ਹੈ ਖਾਲਸਾ। ਕਹਿੰਦੇ ਕਿਸੇ ਨੂੰ ਆਪਣੇ ਸਮਾਨ ਨਾਲ ਸਮਝੋ, ਭਾਵ ਇਹਦਾ ਮਤਲਬ ਇਹ ਵੀ ਕਿਸੇ ਨੂੰ ਨੀਵਾਂ ਸਮਝੋ, ਇਹਦਾ ਮਤਲਬ ਆਪਣੇ ਆਪ ਤੇ ਕੁਝ ਮਾਣ ਵੀ ਰੱਖੋ। ਆਖੋ ਸਤਨਾਮ ਸ੍ਰੀ, ਸਾਨੂੰ ਪਾਤਸ਼ਾਹ ਨੇ ਸਰਦਾਰੀਆਂ ਦਿੱਤੀਆਂ ਨੇ, ਐਵੇਂ ਦੂਜਿਆਂ ਦੇ ਪਿੱਛੇ ਪਿੱਛੇ ਮਿਲੀ ਜਾਈਏ ਵੀ ਦੂਜਿਆਂ ਦੀ ਰੀਸ ਕਰੀਏ, ਆਪਣੀ ਮਰਿਆਦਾ ਛੱਡ ਦੇਈਏ, ਆਪਣਾ ਬਾਣਾ ਛੱਡ ਦੇਈਏ, ਗੁਰੂ ਦੀ ਦਸਤਾਰ ਛੱਡ ਕੇ ਤੇ ਆਪਾਂ ਦੂਜਾ ਟੋਪੀ ਪਾਈ ਦਿੱਤਾ ਤੇ ਆਪਾਂ ਵੀ ਪਾ ਲਈ, ਗੁਰੂ ਦੀ ਕੇਸਾਂ ਦੀ ਮਾਰੇ ਮੋਹ ਦਿੱਤੀ ਤੇ ਜਾ ਕੇ ਘੋਲ ਮੋਹਨ ਹੋ ਜਾਈਏ ਦੂਜਿਆਂ ਦੀ ਰੀਸ ਕਰੀਏ। ਕਹਿੰਦੇ ਓਦਾਂ ਦਾ ਨਹੀਂ ਬਣਨਾ, ਆਪਣੇ ਆਪ ਨੂੰ ਗੁਰੂ ਕਲਗੀਧਰ ਦਾ ਪੁੱਤਰ ਸਮਝ ਕੇ ਸਭ ਤੋਂ ਸਰੋਪੜੀ ਸਮਝਣਾ, ਪਰ ਜੇ ਕੋਈ ਦੂਜੀ ਕੌਮ ਦਾ ਦੂਜੇ ਧਰਮ ਦਾ ਦੂਜੇ ਮਜ਼ਹਬ ਦਾ ਬੰਦਾ ਉਹਨੂੰ ਨਫ਼ਰਤ ਵੀ ਨਹੀਂ ਕਰਦੀ, ਆਖੋ ਸ੍ਰੀ ਵਾਹਿ, ਇਹ ਹੈ ਇਹ ਵਿਚਾਰ ਹੈ। ਅਸੀਂ ਕਹਿੰਦੇ ਕਰਦੇ ਹਾਂ ਜ਼ਿਆਦਾ ਦੂਜਿਆਂ ਨਾਲ ਨਫ਼ਰਤ ਕਰਦੇ ਹਾਂ ਤੇ ਜਾਂ ਦੂਜਿਆਂ ਦੀ ਰੀਸ ਕਰਦੇ ਹਾਂ, ਦੂਜਿਆਂ ਦੀ ਰੀਸ ਕਰਕੇ ਆਪਣੀ ਮਰਿਆਦਾ ਨਹੀਂ ਛੱਡਣੀ, ਆਪਣੀ ਮਰਿਆਦਾ ਦਾ ਮਾਣ ਕਰਕੇ ਦੂਜਿਆਂ ਨਾਲ ਨਫ਼ਰਤ ਨਹੀਂ ਕਰਨੀ। ਜਿਹੜੇ ਕੇਸ ਰਖਾ ਕੇ ਫਿਰ ਕੇਸ ਕਟਾ ਦਿੰਦੇ ਨੇ ਸਿਰ ਗੁੰਮ ਹੁੰਦੇ ਨੇ, ਕੋਈ ਦੂਜੇ ਧਰਮ ਦਾ ਬੰਦਾ ਕੇਸ ਕਟਾਈ ਫਿਰਦਾ ਉਹਦੇ ਨਾਲ ਨਫ਼ਰਤ ਨਹੀਂ, ਪਰ ਜੇ ਕੋਈ ਸਿੱਖਾਂ ਦਾ ਪੁੱਤਰ ਹੋ ਕੇ ਘੋਲ ਮੋਣ ਹੋਈ ਫਿਰਦਾ ਉਹਨੂੰ ਕਹਿੰਦੇ ਨੇ ਸਿਰ ਗੁੰਮ, ਉਹਨੂੰ ਸਿਰ ਗੁੰਮ ਕਹਿੰਦੇ। ਪਹਿਲਾਂ ਕੇਸ ਰੱਖਿਆ ਜੀ 18-19 ਸਾਲਾਂ ਦਾ ਹੋਇਆ, ਕੇਸ ਕਟਾ ਲਿਆ, ਕਹਿੰਦੇ ਜਿਹੜਾ ਸਿਰ ਗੁੰਮ ਹੈ
मरने परने मैं मेल ना कीजा ओदे मरने परने ते नहीं जा ओदे नाल बाली काट आज आपा सोचिए किथे खड़े एक हजूर साहब मर्यादा कहना जे कोई माड़ा जा भी दाढ़ी केस नूं अगा पिछा कर लवे पूरा बाली काट हुंदा पिछले 20 सालां दी गल है एक बच्चे ने दाढ़ी तरनी कराई सी असीं उत्थे ही सीगे ते नाल दिया ने उहदे बूहे ते इश्तिहार लाता सी वी हफ्ते दे अंदर अंदर वापस आ जा तख्त साहब ते माफी मांग लै नहीं ते तेरा साडा बिलकुल बाई काट है सारे परिवार नूं कहता सी ते तेरे दिन नहीं सी टप्पे तख्त साहब ते आ गया मुसल गया सी खालसा जी आपां कर सकदे हां इहनां आपां गल्लां करदे हां असीं बड़े बड़े सरदार हां पर साडे घरां विच साडे पुत्र साडे सामने सिर नूं मनांदे ने ते गूठा दे के ना धौण दे विच साडी गर्दन दे सारे नूं सत्थ मनांदे ने कलगीधर पातशाह जी मर्यादा सुन लो मैं किसे दे तोप दा नहीं पर जो गुरु साहब ने कहा सी ओह सुनना ते पैणा ही है मन्नीए नाम करिए वक्ती गल सुनदे रहिए पातशाह कहिंदे आ ਕਹਿੰਦੇ ਜਿਹੜਾ ਇਹੋ ਜਿਹਾ ਢਿੱਲਾ ਮੱਠਾ ਉਹਦੇ ਨਾਲ ਫਿਰ ਵਰਤੋਂ ਨਾ ਰੱਖੋ ਤੈ ਦਸਵੰਧ ਗੁਰੂ ਹਿਤ ਜੇ ਗੁਰੂ ਦੇ ਵਾਸਤੇ ਦਸਵੰਧ ਦੇਣਾ ਜਿਹੜੇ ਗੁਰੂ ਦਾ ਦਸਵੰਧ ਦੇਣਗੇ ਤਿੰਨ ਗੁਣਾ ਕਮੀ ਧਨ ਕੋ ਸਭ ਲੀਜੈ ਉਹਨੂੰ ਧਨ ਦੀ ਕਮੀ ਨਹੀਂ ਆਵੇ ਖਜ਼ਾਨੇ ਭਰੇ ਰਹਿਣ ਥੋੜੇ ਜੋ ਥੋੜਾ ਬਹੁਤੇ ਜੋ ਬਹੁਤਾ ਦਸਵਾਂ ਹਿੱਸਾ ਗੁਰੂ ਦਾ ਸਮਝ ਕੇ ਦਿਓ ਅੱਜ ਮੰਨ ਲਓ ਤੁਹਾਡੇ ਕੋਲ 50 ਰੁਪਈਏ ਜਾਂ 100 ਰੁਪਈਏ ਦੀ ਆਮਦਨ ਹੈ ਤੁਹਾਨੂੰ ਤੁਹਾਡਾ ਖਰਚਾ ਘਰ ਦਾ ਗੁਜ਼ਾਰਾ ਤੰਗ ਹੈ ਤੁਸੀਂ 10 ਰੁਪਈਏ ਕੱਢ ਦਿਓ ਕੱਲ ਨੂੰ ਵੇਖਿਆ ਜੇ 100 ਦੀ ਥਾਂ 150 ਆਏਗਾ ਗੁਰੂ ਨਹੀਂ ਕਮੀ ਲੈਣ ਦਿੰਦਾ ਪਰਸੋਂ ਨੂੰ ਵੇਖਿਆ ਜੇ ਦੁੱਗਣੀ ਹੋ ਜਾਣੀ ਹੈ ਤੇ ਦਿਨਾਂ ਵਿੱਚ ਮਾਲਾ ਮਾਲ ਮਹਾਰਾਜ ਕਲਗੀਧਰ ਬਚਨ ਕਰ ਰਹੇ ਜਿਹੜਾ ਗੁਰੂ ਦਾ ਦਸਵੰਧ ਦੇਵੇਗਾ ਉਹਦੇ ਘਰ 'ਚ ਸਾਰੀਆਂ ਰਿੱਧੀਆਂ ਸਿੱਧੀਆਂ ਦਾ ਮੀਂਹ ਵਸੇਗਾ ਸ਼ਾਸਤਰਨ ਪੈ ਵਿਸ਼ਵਾਸ ਧਰੋਂ ਸ਼ਤਰਨ ਪੈ ਵਿਸ਼ਵਾਸ ਧਰੋਂ ਨੇ ਕਹਿੰਦੇ ਦੁਸ਼ਮਣ ਦੇ ਵਿਸ਼ਵਾਸ ਨਹੀਂ ਕਰਨਾ ਜਿਹੜਾ ਵੈਰੀ ਬਣ ਗਏ ਆਪਾਂ ਵੈਰੀ ਤੇ ਵਿਸ਼ਵਾਸ ਕਰਕੇ ਬੜੀਆਂ ਮਾਰਾਂ ਖਾਲੀ ਤੇ ਹੁਣ ਫਿਰ ਅਸੀਂ ਫਸ ਜਾਂਦੇ ਤੇ ਪੁਰਾਤਨ ਗ੍ਰੰਥਾਂ ਦੇ ਗੁਰੂ ਦੇ ਹੁਕਮ ਕਰੀ ਪੜ੍ਹੇ ਨਹੀਂ ਜੇ ਪੜ੍ਹ ਲੈਂਦੇ ਕਹਿੰਦੇ ਇਹ ਪਿਛਲੇ ਜ਼ਮਾਨੇ ਦੀ ਗੱਲਾਂ ਨੇ ਜੀ ਨਵੇਂ ਜ਼ਮਾਨੇ ਦੀ ਗੱਲ ਕਰੋ ਤੇ ਨਵੇਂ ਜ਼ਮਾਨੇ ਦੇ ਛਿੱਤਰ ਖਾਨੇ ਅਸੀਂ ਇਸ ਤੋਂ ਬਾਅਦ ਸਾਨੂੰ ਕੋਈ ਸਰੋਪਾ ਨਹੀਂ ਮਿਲਿਆ ਕਦੇ ਨਹੀਂ ਮਿਲਿਆ ਕਿਉਂ ਅਸੀਂ ਦੁਸ਼ਮਣਾਂ ਤੇ ਭਰੋਸਾ ਕਰ ਲਿਆ ਮਹਾਰਾਜ ਕਹਿੰਦੇ ਸ਼ਤਰੂ ਤੇ ਵਿਸ਼ਵਾਸ ਨਹੀਂ ਕਰਨਾ ਕੀ ਜਹੈ ਅਨਾਦਰ ਨਾਹੇ ਮਲੀਜੈ ਜਿਹੜਾ ਬਾਣੀ ਦੁਸ਼ਮਣ ਗਿਆ ਫਿਰ ਚੱਲ ਪਰੇ ਜੇ ਤੁਸੀਂ ਦੁਸ਼ਮਣ ਦੇ ਨਾਲ ਵਿਸ਼ਵਾਸ ਕਰੋਗੇ ਉਹ ਤੁਹਾਨੂੰ ਧੋਖਾ ਦੇਵੇਗਾ ਉਹ ਦਗੇਬਾਜ਼ੀ ਕਰੇਗਾ ਏਦਾਂ ਦੀਆਂ ਸਾਡੇ ਇਤਿਹਾਸ 'ਚ ਬੜੀਆਂ ਮਿਸਾਲਾਂ ਨੇ ਗੁਰੂ ਸਾਹਿਬ ਕਹਿੰਦੇ ਉਹਦੇ ਨਾਲ ਮੇਲ ਨਹੀਂ ਰੱਖਣਾ ਸੁਚੇਤ ਕਰ ਰਹੇ ਨੇ ਬਸ ਗੁਰੂ ਸਾਹਿਬ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਮੇਰੇ ਬੱਚੇ ਧੋਖਾ ਨਾ ਖਾਣ ਮੇਰੇ ਬੱਚੇ ਕਹਿੰਦੇ ਹਰ ਮਾਂ ਬਾਪ ਆਪਣੇ ਬੱਚੇ ਨੂੰ ਕਹਿੰਦਾ ਬੇਟਾ ਸਾਵਧਾਨ ਰਹੀ ਬਚ ਕੇ ਰਹੀ ਗੁਰੂ ਸਾਰਿਆਂ ਦਾ ਸਾਂਝਾ ਬਾਪ ਹੈ ਕਲਗੀਧਰ ਪਾਤਸ਼ਾਹ ਸਾਂਝੀ ਸਿੱਖਿਆ ਦੇ ਰਹੇ ਨੇ ਕਹਿੰਦੇ ਸ਼ਤਰੂ ਦਾ ਦੁਸ਼ਮਣ ਦਾ ਭਰੋਸਾ ਨਾ ਕਰਿਆ ਜੇ ਗੋ ਤੁਹ ਦੀ ਬਿਦਤਾਈ ਅਬੈ ਇਨ ਪਾਤਸ਼ਾਹ ਜੀ ਇਹ ਗੱਲ ਤਾਂ ਗੁਪਤ ਸੀ ਪਰ ਇਹ ਦੱਸਣੀ ਜ਼ਰੂਰੀ ਹੈ ਤੁਹਾਨੂੰ ਬਈ ਦੁਸ਼ਮਣ ਦਾ ਭਰੋਸਾ ਕਰੋਗੇ ਤੇ ਮਾਰ ਖਾਓਗੇ ਸੀਖ ਮੁਧਾਰ ਹਿਰਦੈ ਜਗ ਤੀਜੈ ਮਾਰੇ ਕਹਿੰਦੇ ਸਾਡੀ ਸਿੱਖਿਆ ਧਾਰ ਕੇ ਰੱਖੋਗੇ ਲੈਂਦੀ ਦੁਨੀਆਂ ਦਾ ਜਿਉਂਦਾ ਰਹੇ ਤੁਹਾਨੂੰ ਕੋਈ ਮਾਰ ਨਹੀਂ ਸਕੇਗਾ ਦੋਹਰਾ ਬਹੁਰ ਪੰਜ ਸਿੱਖ ਖਰੇ ਫਿਰ ਮਹਾਰਾਜ ਕਹਿਣ ਲੱਗੇ ਆਓ ਬਈ ਜਿਹਨੇ ਹੋਰ ਅਮਟ ਛਕਣਾ ਖੰਡੇ ਦਾ ਆਓ ਖੰਡੇ ਦੀ ਧਾਰ ਤੇ ਜਿਹਨੇ ਨੱਚਣਾ ਤਾਂ ਪੰਜ ਸਿੰਘ ਹੋਰ ਆਏ ਹਨ ਉਹਨਾਂ ਨੂੰ ਪੰਜ ਮੁਕਤੇ ਕਿਹਾ ਜਾਂਦਾ ਕਰ ਅੰਮ੍ਰਿਤ ਦੇਉ ਛਕਾਏ ਉਹਨਾਂ ਪੰਜਾਂ ਮੁਕਤਿਆਂ ਨੂੰ ਮਹਾਰਾਜ ਅੰਮ੍ਰਿਤ ਛਕਾਉਣ ਲੱਗੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਦੇ ਹੱਥੋਂ ਸੰਗਿਆ ਮੁਕਤੇ ਜਿਨ ਕਹੇ ਉਹਨਾਂ ਨੂੰ ਪੰਜ ਮੁਕਤੇ ਕਹਿੰਦੇ ਜਦੋਂ ਕਲਗੀਧਰ ਚੜ੍ਹਦੇ ਸਨ ਮਹੱਲਾ ਚੜ੍ਹਦੇ ਸਨ ਸ਼ਿਕਾਰ ਨੂੰ ਚੜ੍ਹਦੇ ਸਨ ਜੰਗ ਨੂੰ ਚੜ੍ਹਦੇ ਸਨ ਸੱਜੇ ਪਾਸੇ ਪੰਜ ਪਿਆਰੇ ਖੱਬੇ ਪਾਸੇ ਪੰਜ ਮੁਕਤੇ ਚੜ੍ਹਦੇ ਸਨ ਜਦੋਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਵੀ ਛੱਡਿਆ ਉੱਥੇ ਵੀ ਸੱਜੇ ਪਾਸੇ ਪੰਜ ਪਿਆਰੇ ਤੇ ਖੱਬੇ ਪਾਸੇ ਪੰਜ ਮੁਕਤੇ ਚੜ੍ਹੇ ਸਨ ਇਹਨਾਂ ਨੂੰ ਪੰਜ ਮੁਕਤੇ ਕਹਿੰਦੇ ਜਿਹੜਾ ਗੁਰੂ ਖਾਲਸੇ ਦਾ ਪੁਰਾਤਨ ਗੁਰਮੁਖ ਮੰਤਰ ਹੈ ਉਹਦੇ ਵਿੱਚ ਵੀ ਇਹਨਾਂ ਪੰਜਾਂ ਦਾ ਨਾਮ ਆਉਂਦਾ ਹੈ ਭਏ ਸਿੰਘ ਹਰ ਖਾਏ ਇਹਨਾਂ ਪੰਜਾਂ ਨੇ ਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਨੂੰ ਅੰਮ੍ਰਿਤ ਛਕ ਕੇ ਸਿੰਘ ਪਦਵੀ ਧਾਰਨ ਕੀਤੀ ਹੈ ਚੌਪਈ ਦੇਵਾ ਸਿੰਘ ਰਾਮ ਸਿੰਘ ਧੀਰ
ਕਿਹੜੇ ਸਨ? ਭਾਈ ਦੇਵਾ ਸਿੰਘ ਜੀ, ਮੁਕਤਿਆਂ ਦੇ ਨਾਂ ਯਾਦ ਰੱਖ, ਦੂਜੇ ਭਾਈ ਰਾਮ ਸਿੰਘ ਜੀ, ਟਹਿਲ ਸਿੰਘ, ਈਸ਼ਰ ਸਿੰਘ ਵੀਰ, ਚੌਥੇ ਤੀਜੇ ਟਹਿਲ ਸਿੰਘ ਜੀ, ਚੌਥੇ ਈਸ਼ਰ ਸਿੰਘ ਜੀ, ਭਾਈ ਦੇਵਾ ਸਿੰਘ, ਰਾਮ ਸਿੰਘ, ਟਹਿਲ ਸਿੰਘ, ਈਸ਼ਰ ਸਿੰਘ, ਫਤਿਹ ਸਿੰਘ ਪਹੁੰਚੋ ਇਹ ਭਾਏ, ਪੰਜਵੇਂ ਫਤਿਹ ਸਿੰਘ ਜੀ। ਪੰਜ ਇਹ ਗੁਰੂ ਦੇ ਪੰਜ ਮੁਕਤੇ ਹੋਏ ਹਨ ਜਿਨ੍ਹਾਂ ਨੇ ਸ੍ਰੀ ਚਮਕੌਰ ਸਾਹਿਬ ਦੇ ਜੰਗ ਚ ਸ਼ਹੀਦੀ ਪ੍ਰਾਪਤ ਕੀਤੀ। ਪੰਜੇ ਉੱਥੇ ਪੰਜੇ ਮੁਕਤੇ ਇੱਕੋ ਦਿਨ ਇਹ ਸਾਧ ਸੰਗਤ ਜੀ ਜਿਹੜੀ ਅੱਠ ਪੋਹ ਦੀ ਲੜਾਈ ਚਮਕੌਰ ਸਾਹਿਬ ਹੋਈ, ਸਾਹਿਬਜ਼ਾਦੇ ਸ਼ਹੀਦ ਹੋਏ ਤੇ ਭਾਈ ਆਲਮ ਸਿੰਘ ਵਗੈਰਾ ਹੋਰ ਬੜੇ 40 ਸਿੰਘ ਉੱਥੇ, ਉਹਨਾਂ 40 ਚ ਇਹ ਪੰਜ ਵੀ ਸਨ, ਦੇਵਾ ਸਿੰਘ, ਟਹਿਲ ਸਿੰਘ, ਈਸ਼ਰ ਸਿੰਘ ਤੇ ਰਾਮ ਸਿੰਘ, ਫਤਿਹ ਸਿੰਘ, ਇਹਨਾਂ ਨੇ ਉੱਥੇ ਸ਼ਹੀਦੀ ਪ੍ਰਾਪਤ ਕੀਤੀ। ਮੁਕਤੇ ਨਾਮ ਗੁਰੂ ਕਹਿ ਦੇ ਮਹਾਰਾਜ ਨੇ ਪਰਨ ਪਹਿਲੇ ਨੂੰ ਪੰਜ ਪਿਆਰੇ ਤੇ ਦੂਜਿਆਂ ਨੂੰ ਪੰਜ ਮੁਕਤੇ ਦੀ ਪਦਵੀ ਬਖਸ਼ੀ ਸੀ। ਅਬਰ ਅਨੇਕ ਖਰੇ ਪੁਨ ਹੋਏ, ਜਦੋਂ ਪੰਜਾਂ ਮੁਕਤਿਆਂ ਨੇ ਅੰਮ੍ਰਿਤ ਛਕ ਲਿਆ, ਉਹਨਾਂ ਨੂੰ ਦੇਖ ਕੇ ਸਕਲ ਵਿੱਚੋਂ ਫਿਰ ਹੋਰ ਸਿੰਘ ਉੱਠਣ ਲੱਗ ਪਏ। ਅੰਮ੍ਰਿਤ ਖੰਡੇ ਕਾਲੇ ਸੋਏ, ਉਹ ਫਿਰ ਕਲਗੀਧਰ ਪਾਤਸ਼ਾਹ ਦੇ ਖੰਡੇ ਬਾਟੇ ਦਾ ਅੰਮ੍ਰਿਤ ਪ੍ਰਾਪਤ ਕਰਨ ਲਈ ਹੱਥ ਜੋੜ ਕੇ ਖੜੇ ਹੋ ਗਏ। ਆਪਣੀ ਵਾਸੀ ਨਾਮ ਬਤਾਵੇ, ਵਾਰੀ ਵਾਰੀ ਆਈ ਜਾਂਦੇ ਨੇ, ਆਪਣੇ ਪਿੰਡ ਦਾ, ਆਪਣੀ ਜਾਤੀ ਦਾ ਤੇ ਆਪਣਾ ਨਾਂ ਦੱਸਦੇ ਨੇ। ਗੁਰ ਤੇ ਸਿੱਖ ਹੈ ਰਹਿਜ ਦ੍ਰਿੜਾਵੇ, ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਕਲਗੀਧਰ ਦੇ ਕੋਲ ਪੰਜਾਂ ਪਿਆਰਿਆਂ ਕੋਲ ਅੰਮ੍ਰਿਤ ਛਕਦੇ ਨੇ ਤੇ ਉਸ ਤੋਂ ਬਾਅਦ ਪਿਛਲੀ ਜਾਤ ਗੋਤ ਮਿਟ ਜਾਂਦੀ ਹੈ, ਨਵਾਂ ਨਾਮ ਹੋ ਜਾਂਦਾ, ਸਿੰਘ ਨਾਮ ਰੱਖਿਆ ਜਾਂਦਾ, ਅਨੰਦਪੁਰ ਦੇ ਵਾਸੀ ਖਾਲਸਾ ਜਾਤ ਬਣ ਜਾਂਦੀ ਹੈ। ਪਹਿਲਾਂ ਪੰਜ ਪਿਆਰੇ, ਫਿਰ ਪੰਜ ਮੁਕਤੇ, ਫਿਰ 11 ਸਿੰਘ ਖੜੇ ਹੋਏ ਨੇ। ਅੰਮ੍ਰਿਤ ਲੀਨ ਬਿਰਸਸ ਭਏ, ਉਹ ਪੰਜ ਮੁਕਤਿਆਂ ਤੋਂ ਬਾਅਦ ਜਿਹੜੇ 11 ਹੋਏ ਉਹਨਾਂ ਦੇ ਨਾਮ ਵੀ ਕਵੀ ਜੀ ਲਿਖਦੇ ਨੇ, ਵੀਰ ਰਸ ਭਰੇ, ਉਹ ਵੀ ਵੀਰ ਰਸ, ਇਹ ਅੰਮ੍ਰਿਤ ਜਿਹੜੀ ਮਰਜਾਦਾ ਸਾਰੀ ਵੀਰ ਰਸ ਦੀ ਹੈ। ਇਹਦੇ ਵਿੱਚ ਸਾਧ ਸੰਗਤ ਜੀ ਭਗਤੀ ਸ਼ਕਤੀ ਸਾਰੇ ਇਕੱਠੀ ਕੀਤੀ, ਜਪਜੀ ਸਾਹਿਬ ਦਾ ਪਾਠ ਤੇ ਆਨੰਦ ਸਾਹਿਬ ਦਾ ਪਾਠ, ਇਹ ਸ਼ਾਂਤੀ, ਭਗਤੀ, ਪਿਆਰ ਤੇ ਜਾਪ ਸਾਹਿਬ ਸਵਈਏ ਤੇ ਚੌਕੀ ਵੀਰ ਰਸ, ਇਹਦੇ ਵਿੱਚ ਹੀ ਸਾਰੇ ਗੁਣ, ਸਾਰੀਆਂ ਗੱਲਾਂ, ਵਿਰਾਗ, ਪ੍ਰੇਮ, ਭਗਤੀ, ਗਿਆਨ ਸਾਰਾ ਆ ਜਾਂਦਾ ਤੇ ਸਾਰੀ ਕਿਰਿਆ ਸਤਲੋ ਦਾ ਬਾਟਾ, ਸਤਲੋ ਦਾ ਖੰਡਾ, ਵੀਰ ਆਸਣ ਹੋ ਕੇ, ਸ਼ਸਤਰਧਾਰੀ ਹੋ ਕੇ, ਪੰਜਾਂ ਪਿਆਰਿਆਂ ਨਮਸਕਾਰ, ਉਹ ਸਾਰੀ ਮਰਿਆਦਾ ਹੋ ਰਹੀ ਹੈ। ਹਾਂਜੀ, ਬਖਸ਼ ਸਿੰਘ, ਬਖਸ਼ੀਸ ਸਿੰਘ ਪੁੰਨ, ਇਹ ਜਿਹੜੇ 11 ਇਕੱਠੇ ਅੰਮ੍ਰਿਤ ਛਕਣ ਲੱਗੇ ਆ, ਪਹਿਲਾਂ ਪੰਜ ਪਿਆਰੇ, ਫਿਰ ਪੰਜ ਮੁਕਤੇ, ਹੁਣ 11 ਸਿੰਘ ਹੈ। ਉਹਨਾਂ ਦੇ ਜੋ ਪਹਿਲੇ ਦਾ ਨਾਮ ਹੈ ਭਾਈ ਬਖਸ਼ ਸਿੰਘ, ਦੂਜੇ ਦਾ ਨਾਮ ਹੈ ਬਖਸ਼ੀਸ ਸਿੰਘ, ਮਾਝੇ ਤੋਂ ਆਏ ਹਨ। ਸਿੰਘ ਕਲਾਲ ਜਾਤ ਰਹਿੰਦਾ ਸੁਣ, ਇਹ ਬਖਸ਼ ਬਖਸ਼ ਸਿੰਘ ਤੇ ਬਖਸ਼ੀਸ ਸਿੰਘ ਕਲਾਲ ਬਰਾਦਰੀ ਹੁੰਦੀ ਹੈ। ਕਲਾਲ ਦੇ ਬਾਬਾ ਜੱਸਾ ਸਿੰਘ ਦੀ ਆਲੂਵਾਲੀ ਆ ਕਲਾਲ, ਇਹ ਕਲਾਲ ਬਰਾਦਰੀ ਦਾ ਕੰਮ ਹੁੰਦਾ ਹੈ ਸ਼ਰਾਬ ਕੱਢ ਕੇ ਵੇਚਣੀ, ਇਹਨਾਂ ਦਾ ਕੰਮ ਹੈ ਬਣ ਜਾਣਾ ਕਾਇਆ ਕਲਾਲਣ ਲਾਹਨ ਮੇਲੋ ਗੁਰ ਦਾ ਸ਼ਬਦ ਗੁਰ ਕੀ ਮਿਲੇ। ਕਲਾਲ ਬਰਾਦਰੀ ਵਿੱਚੋਂ ਜਿਹੜੇ ਕਿ ਦਾਰੂ ਵਗੈਰਾ ਬਣਾ ਕੇ ਵੇਚਦੇ ਨੇ, ਉਹਨਾਂ ਦੇ ਵਿੱਚੋਂ ਇਹ ਦੋ ਸਿੰਘ ਆਏ ਨੇ, ਭਾਈ ਬਖਸ਼ ਸਿੰਘ ਤੇ ਬਖਸ਼ਜੀਤ ਸਿੰਘ, ਜਿਹਨਾਂ ਨੂੰ ਅੱਜ ਕੱਲ੍ਹ ਆਲੂਵਾਲੀਏ ਵੀ ਕਹਿ ਦਿੰਦੇ ਹਨ। ਅੰਮ੍ਰਿਤ ਛਕਣ ਆਏ ਹਨ, ਰਹੇ ਹਜ਼ੂਰ ਸਦਾਈ ਦੋਏ, ਇਹ ਅੰਮ੍ਰਿਤ ਛਕਣ ਤੋਂ ਬਾਅਦ ਵਾਪਸ ਪਿੰਡ ਨਹੀਂ ਗਏ, ਇਹ ਗੁਰੂ ਦੀ ਫੌਜ ਹਮੇਸ਼ਾ ਹਾਜ਼ਰ ਹੀ ਰਹੇ ਨੇ ਤੇ ਗੁਰੂ ਦੇ ਨਾਲ ਹੀ ਜੂਝੇ ਹਨ। ਸੁਰ ਸਿੰਘ ਕਾਸੇ ਦੂ ਸਿੱਖ ਭਇਓ, ਮਾਝੇ ਦਾ ਪਿੰਡ ਪ੍ਰਸਿੱਧ ਹੈ ਸੁਰ ਸਿੰਘ, ਜਿੱਥੇ ਭਾਈ ਬਿਧੀ ਚੰਦ ਜੀ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਨੇ ਵਸਾਇਆ ਸੀ, ਉੱਥੋਂ ਦਾ ਇੱਕ ਸਿੱਧੂ ਗੋਤ ਦਾ ਸਿੰਘ ਆਇਆ ਹੈ। ਨਾਮ ਦਿਆਲ ਸਿੰਘ ਕਹਿ ਦਿਓ, ਉਹ ਸੁਰ ਸਿੰਘ ਦਾ ਸਿੱਧੂ ਗੋਤ ਦਾ ਭਾਈ ਦਿਆਲ ਸਿੰਘ ਅੰਮ੍ਰਿਤ ਛਕਣ ਲਈ ਆਇਆ ਮਾਝੇ ਤੋਂ ਸ੍ਰੀ ਅੰਮ੍ਰਿਤਸਰ ਦੇ ਇਲਾਕੇ ਚੋਂ। ਖੱਤਰੀ ਸਿੱਖ ਗੁਲਾਬ ਸਿੰਘ ਜਾਨੋ, ਤੇ ਇਹਨਾਂ 11 ਵਿੱਚੋਂ ਖੱਤਰੀ ਵੀ ਹੈ ਜਿਹਦਾ ਨਾਮ ਭਾਈ ਗੁਲਾਬ ਸਿੰਘ ਹੈ। ਗੌਤਮ ਰਿਖ ਜੀ ਕੀਨ ਬਖਾਨਾ, ਇਹਨੂੰ ਮਹਾਰਾਜ ਦਸਵੇਂ ਪਾਤਸ਼ਾਹ ਗੌਤਮ ਰਿਖੀ ਕਿਆ ਕਰਦੇ ਸਨ, ਨਾਂ ਤੇ ਗੁਲਾਬ ਸਿੰਘ ਸੀਗਾ ਤੇ ਇਹਨੂੰ ਗੌਤਮ ਰਿਖੀ ਦੀ ਪਦਵੀ ਸੱਚੇ ਪਾਤਸ਼ਾਹ ਪ੍ਰੇਮ ਨਾਲ ਦਿੱਤੀ ਹੋਈ ਸੀ। ਬੇਗ ਸਿੰਘ, ਅੰਬਰੀਕ ਸਿੰਘ ਦੋਏ, ਔਰ ਬੇਗ ਸਿੰਘ ਤੇ ਅੰਬਰੀਕ ਸਿੰਘ
ਜੰਬਰ ਮਗਿਆਨੇ ਵਾਸੀ ਸੋਏ। ਇਹਨਾਂ ਦੀ ਜਾਤ ਜੰਬਰ ਜੱਟ ਸੀ ਤੇ ਮਗਿਆਨੇ ਦੇ ਰਹਿਣ ਵਾਲੇ ਸਨ। ਭੰਡਾਰਾ ਸਿੰਘ ਸਿੰਘ ਹਜ਼ਾਰਾ ਭੰਡਾਰਾ ਸਿੰਘ ਤੇ ਹਜ਼ਾਰਾ ਸਿੰਘ ਦਰਬਾਰਾ ਸਿੰਘ ਤ੍ਰਿਤੀ ਉਚਾਰਾ ਔਰ ਤੀਜਾ ਦਰਬਾਰਾ ਸਿੰਘ ਭੰਡਾਰਾ ਸਿੰਘ ਤੇ ਹਜ਼ਾਰਾ ਸਿੰਘ ਤੇ ਦਰਬਾਰਾ ਸਿੰਘ ਸੀ ਰੰਦ ਕੇ ਵਾਸੀ ਸਿੱਖ ਬਣੀਏ। ਇਹ ਬਾਣੀਏ ਸਨ, ਬਾਣੀਏ ਜਿਹਨਾਂ ਨੂੰ ਲੋਕ ਸਮਝਦੇ ਆ ਵੀ ਬੜੇ ਵਿਚਾਰੇ ਤਕੜੀ ਤੋਰਨ ਵਾਲੇ ਹੁੰਦੇ ਆ, ਵੀ ਬਹੁਤੇ ਦਲੇਰ ਦੇ ਹੁੰਦੇ, ਪਰ ਇਹ ਤਿੰਨ ਗੁਰੂ ਦੇ ਲਾਲ ਸਰਹੰਦ ਦੇ ਰਹਿਣ ਵਾਲੇ ਭੰਡਾਰਾ ਸਿੰਘ ਤੇ ਹਜ਼ਾਰਾ ਸਿੰਘ ਤੇ ਦਰਬਾਰਾ ਸਿੰਘ ਸਰਹੰਦ ਦੇ ਬਾਣੀਏ ਸਨ, ਜਿਹਨਾਂ ਚੋਂ ਭਾਈ ਦਰਬਾਰਾ ਸਿੰਘ ਜੀ ਤੇ ਬੁੱਢੇ ਲਾਲ ਦੇ ਦੂਸਰੇ ਜਥੇਦਾਰ ਬਣੇ ਸਨ ਸਰਹੰਦ ਦੇ ਰਹਿਣ ਵਾਲੇ। ਜਦੋਂ ਬਾਬਾ ਬਿਨੋਦ ਸਿੰਘ ਜੀ ਕਾਲ ਚਲਾਣਾ ਕਰ ਗਏ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਬੁੱਢੇ ਲਾਲ ਦੀ ਜਥੇਦਾਰੀ ਇਹਨਾਂ ਨੂੰ ਦਿੱਤੀ ਗਈ ਸੀ। ਇਹ ਗੁਰੂ ਗੋਬਿੰਦ ਸਿੰਘ ਦੇ ਦੀਵਾਨ ਸਨ। ਦੀਵਾਨ ਦਾ ਮਤਲਬ ਹੁੰਦਾ ਜਿਹੜਾ ਸਾਰਾ ਹਿਸਾਬ ਕਿਤਾਬ ਲੇਖਾ ਜੋਖਾ ਲਿਖ ਪੜ੍ਹੇ ਲਿਖੇ ਸਨ, ਬਾਣੀਏ ਸਨ, ਤੇ ਇਹਨਾਂ ਨੂੰ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀ, ਆਪਣਾ ਦੀਵਾਨ ਬਣਾਇਆ ਸੀ। ਜਦੋਂ ਨਵਾਬੀ ਆਈ ਹੈ ਨਾ ਲਾਹੌਰ ਤੋਂ, ਉਦੋਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜਥੇਦਾਰ ਇਹੀ ਬਾਬਾ ਦਰਬਾਰਾ ਸਿੰਘ ਸਨ। ਜਦੋਂ ਨਵਾਬੀ ਕਪੂਰ ਸਿੰਘ ਇਹਨਾਂ ਨੇ ਦਿੱਤੀ ਸੀ, ਸੋ ਦਰਬਾਰਾ ਸਿੰਘ ਕਰਵਾਰਾ ਸਿੰਘ ਇਹ ਜਿਹੜੇ ਹਜ਼ਾਰਾ ਸਿੰਘ ਭੰਡਾਰਾ ਸਿੰਘ ਇਹ ਬਾਣੀਏ ਸਰਹੰਦ ਦੇ ਇਹਨਾਂ 11 ਸਿੰਘਾਂ 'ਚ ਸ਼ਾਮਲ ਹੋ ਕੇ ਅੰਮ੍ਰਿਤ ਛਕ ਰਹੇ ਨੇ ਕੇਸਗੜ੍ਹ ਸਾਹਿਬ। ਅੰਮ੍ਰਿਤ ਲੀਨ ਰਹਿਤ ਸਭ ਮੰਨੀਏ। ਇਹਨਾਂ ਨੇ ਆਪਣੀ ਪਿਛਲੀ ਜਾਤ ਕੋਲ ਤਿਆਗ ਦਿੱਤੀ, ਕਲਗੀ ਧਾਰਾ ਅੰਮ੍ਰਿਤ ਛਕ ਕੇ ਰਹਿਤ ਵਿੱਚ ਪਰਪੱਕ ਹੋਏ ਹਨ ਬਾਬਾ ਦਰਬਾਰਾ ਸਿੰਘ, ਹਜ਼ਾਰਾ ਸਿੰਘ ਤੇ ਭੰਡਾਰਾ ਸਿੰਘ। ਭਇਓ ਖਰੋ ਘਨ ਸਿੰਘ ਸੋ ਨਾਮ। ਫਿਰ ਇੱਕ ਸਿੰਘ ਹੋਰ ਖੜਾ ਹੋਇਆ ਹੈ, ਉਹਦਾ ਨਾਮ ਇਤਿਹਾਸ ਵਿੱਚ ਘਨ ਸਿੰਘ ਸੀ। ਬਰਨ ਸਿੰਘ ਫਾਲਜ ਤਹਿ ਗ੍ਰਾਮ। ਤੇ ਇੱਕ ਦਾ ਨਾਮ ਸੀ ਬਰਨ ਸਿੰਘ, ਇਹ ਫਾਲਜ ਪਿੰਡ ਦੇ ਰਹਿਣ ਵਾਲੇ ਸਨ। ਆਲਮ ਸਿੰਘ ਨਚਨਾ ਗੁਰ ਕਹਿ। ਇੱਕ ਇਹਨਾਂ ਨੂੰ 11ਵੇਂ ਨੰਬਰ ਤੇ ਹਜ਼ੂਰ 10ਵੇਂ ਪਾਤਸ਼ਾਹ ਦਾ ਗੜਵਈ ਸੀਗਾ, ਜਿਹਨੂੰ ਮਹਾਰਾਜ ਆਲਮ ਸਿੰਘ ਨਚਨਾ ਕਹਿੰਦੇ ਸੀ। ਜੰਗ ਦੇ ਮੈਦਾਨ ਇਉਂ ਪੈਂਤੜੇ ਪਾਉਂਦਾ ਸੀ ਜਿਵੇਂ ਚਾਰ ਨੱਚ ਰਿਹਾ ਹੋਵੇ, ਤੇ ਬਿਜਲੀ ਦੀ ਤਰ੍ਹਾਂ ਘੁੰਮ ਜਾਂਦਾ ਸੀ, ਇੰਨਾ ਫੁਰਤੀਲਾ ਸੀ, ਮੀਲ ਦੋ ਮੀਲ ਤੋਂ ਉੱਪਰ ਉੱਡਦੇ ਹੋਏ ਪੰਛੀ ਨੂੰ ਗੋਲੀ ਨਾਲ ਸਿੱਟ ਦਿੰਦਾ ਸੀ। ਸ਼ੇਰ ਦਾ ਸ਼ਿਕਾਰ ਇਸਨੇ ਬਹੁਤ ਵਾਰੀ ਕੀਤਾ ਸੀ। ਚਮਕੌਰ ਦੇ ਜੰਗ ਵਿੱਚ ਡਟ ਕੇ ਜੰਗ ਕਰਦਾ ਸ਼ਹੀਦ ਹੋਇਆ ਆਲਮ ਸਿੰਘ, ਜਿਸ ਨੂੰ ਨੱਚਣਾ ਕਹਿੰਦੇ ਸਨ। ਸਿਆਲਕੋਟ ਕੀ ਵਾਸੀ ਹੈ। ਅੱਜ ਕੱਲ੍ਹ ਉਹ ਸ਼ਹਿਰ ਪਾਕਿਸਤਾਨ ਵਿੱਚ ਹੈ ਸਿਆਲਕੋਟ, ਉੱਥੋਂ ਦਾ ਰਹਿਣ ਵਾਲਾ ਸੀ ਆਲਮ ਸਿੰਘ ਨੱਚਣਾ। ਜਾਤ ਹੁੰਦੀ ਰਾਜਪੂਤ ਸੀ ਕੀ। ਇਹ ਰਾਜਪੂਤ ਬਰਾਦਰੀ ਦਾ ਸੀ, ਰਾਜਪੂਤ ਦੀ ਜਾਤ ਸੀ। ਸਿੱਖ ਰਹਿਤ ਲਹਿ ਪਾਹਲ ਨੀਕੀ। ਇਹ ਕਲਗੀ ਧਰ ਪਾਤਸ਼ਾਹ ਤੋਂ ਅੰਮ੍ਰਿਤ ਛਕ ਕੇ ਉਹਨਾਂ ਦੀ ਰਹਿਤ ਨੂੰ ਧਾਰਨ ਕਰ ਰਹੇ 11 ਸਿੰਘ ਹਨ ਇਹ, ਜਿਹੜੇ ਮੁਕਤਿਆਂ ਤੋਂ ਬਾਅਦ ਅੰਮ੍ਰਿਤ ਛਕਿਆ ਹੈ। ਪੁਰ ਮੁਲਤਾਨ ਅਲੀਪੁਰ ਨੇੜੇ। ਫਿਰ ਸਾਧ ਸੰਗਤ ਜੀ, ਮੁਲਤਾਨ ਦੇ ਲਾਗੇ ਅਲੀਪੁਰ ਇੱਕ ਪਿੰਡ ਹੈ ਜਿੱਥੇ ਮਾਈ ਦਾਸ ਰਾਜਪੂਤ ਦਾ ਪੁੱਤਰ ਭਾਈ ਮਨੀ ਰਾਮ ਤੇ ਮਨੀ ਰਾਮ ਦੇ ਅੱਜ ਵੈਸੇ ਤਾਂ ਉਹਨਾਂ ਦੇ 10 ਪੁੱਤਰ ਸਨ, ਜਿਹਨਾਂ ਨੂੰ 5 ਨੇ ਇੱਕੋ ਦਿਨ ਹੀ ਅੰਮ੍ਰਿਤ ਛਕਿਆ ਹੈ। ਮਾਈ ਦਾਸ ਰਾਜਪੂਤ ਬਸੇਰੇ। ਮਾਈ ਦਾਸ ਰਾਜਪੂਤ ਸੀਗਾ, ਪੁਆਲ ਦੀ ਜਾਤ ਸੀ, ਉਹਦੇ ਪਿਤਾ ਭਾਈ ਬੰਦੂ 6ਵੇਂ ਪਾਤਸ਼ਾਹ ਦੀ ਫੌਜ ਦੇ ਜਰਨੈਲ ਸਨ। ਅੰਮ੍ਰਿਤਸਰ ਦੀ ਜੰਗ ਵਿੱਚ ਭਾਈ ਬੰਦੂ ਨੇ ਮੁਰਤਜਾ ਖਾਨ ਨੂੰ ਮਾਰ ਕੇ, ਮੁਰਤਜਾ ਖਾਨ ਕੌਣ ਸੀ, ਜਿਹੜਾ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰਕੇ ਚੰਦੂ ਦੇ ਘਰ ਛੱਡ ਕੇ ਆਇਆ ਸੀ, ਉਹਨੂੰ ਮਾਰਿਆ ਸੀ ਭਾਈ ਬੰਦੂ ਨੇ, ਤੇ ਭਾਈ ਬੰਦੂ ਉਸ ਜੰਗ ਵਿੱਚ ਸ਼ਹੀਦ ਹੋਇਆ ਸੀ। ਉਹਦਾ ਪੁੱਤਰ ਸੀ ਮਾਈ ਦਾਸ, ਮਾਈ ਦਾਸ ਵੀ 14 ਭਰਾ ਸਨ ਤੇ ਮਾਈ ਦਾਸ ਦੇ ਪੁੱਤਰ 12 ਸਨ, ਜਿਹਨਾਂ ਚੋਂ ਵੱਡਾ ਭਾਈ ਜੇਠਾ ਭਗਾਣੀ ਦੇ ਜੰਗ ਵਿੱਚ ਸ਼ਹੀਦ ਹੋਇਆ, ਦੂਜਾ ਭਾਈ ਦਿਆਲਾ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਦੇਵੀ ਚ ਉਬਲਿਆ, 11 ਭਰਾ ਸ਼ਹੀਦ ਹੋਏ ਮਨੀ ਸਿੰਘ ਉਹਨਾਂ ਵਿੱਚੋਂ ਬੰਦ ਬੰਦ ਕੱਟੇ ਗਏ, ਤੇ ਇੱਕ ਭਰਾ ਉਹਨਾਂ ਚੋਂ ਅਮਰ ਚੰਦ ਆਪਣੀ ਮੌਤ ਮਰਿਆ, 12 ਵਿੱਚੋਂ 11 ਸ਼ਹੀਦ ਹੋਏ। ਉਹ ਮਨੀ ਰਾਮ ਵਾਸੀ ਅਲੀਪੁਰ ਮੁਲਤਾਨ ਦਾ ਰਹਿਣ ਵਾਲਾ। ਤਿਸ ਕੇ ਮਨੀ ਰਾਮ ਸੁਤ ਹੋਇਓ। ਭਾਈ ਬੰਦੂ ਦਾ ਪੁੱਤਰ ਮਾਈ ਦਾਸ, ਮਾਈ ਦਾਸ ਦਾ ਪੁੱਤਰ ਮਨੀ ਰਾਮ,
आए तहां गुरु दर्शन जोयो। कहंदे आ के गुरु साहब जी दे दर्शन कलगी धर दे कीते हन भाई मनी राम दे पुत्रां ने। पंज पुत्र ले अपने साथ। कहंदे पंज अपने पुत्रां नू नाल लै के आया है। शरणी परयो रहयो गुरु नाथ। और ए भाई मनी सिंह दे पंजे पुत्र गुरु दी शरण पाए रहे हन, गुरु के सिख बने हन। सो पंचो भ्राता कर खरे। कहंदे ए पंजे भरा उस वेले गुरु साहब दे कोल अमृत छकण लई विसाखी वाले दिन खड़े होए हन। सिंह नाम तिन के गुर धरे। इन्हां दे पहला नाम सी उदय राय, बचित्र राय, अजब राय, अनक राय, अजैब राय। महाराज ने इन्हां दे नाम कर दिते उदय सिंह, बचित्र सिंह, अजब सिंह, अजायब सिंह। इस तरह नाम सिंघां वाले रख दिते। भटो बचित्र सिंह भट भयो। इन्हां विचों वड्डे दा नाम सी बचित्र सिंह, बड़ा सूरमा सी, जिहड़े हाथी दे मत्थे च नागड़ी मार के सत तवे पाड़ दिते सन। उदय सिंह दूसर बिद तयो। दूसरा छोटा सी उदय सिंह, जिहड़ा सारी फौज दा कमांडर सी, जिहड़ी महाराज कलगी धर दी आर्मी सी, फौज सी, ओहदा सब तों वड्डा जनरल उदय सिंह नूं थापिया सी। ते महाराज जी इह वी बचन सौ साखी च कहे ने, जदों समां आवेगा खालसे दे राज दा उदों उदय सिंह प्रगट होवेगा। ते खालसा जी उदय सिंह दी करनी भाल, उदय सिंह को रखना नाल। इह सौ साखी दे बचन ने वी खालसा जी उदय सिंह नूं लभिया जे उदय सिंह नूं भेजांगे, ओह पंथ दा बादशाह बणेगा। अनक सिंह अर अजब सिंह पुन। तीजे दा नाम सी अनक सिंह ते चौथे दा नाम सी अजब सिंह। ए भाई मनी सिंह शहीद दे पुत्र। पंचम भयो अजायब सिंह गुण। पंजवा अजायब सिंह बड़ा सूरमा है। अमृत खंडे को तिन दीना। इन्हां पंजां नूं अमृत छकाया ते साथ समय दी सुबाब देखो, दो दिनां च पंजे शहीद हो गए। उदय सिंह शाही टिब्बी ते जदों किला छड के महाराज निकले ने, 4.5 घंटे तुरकां नाल पहाड़ियां नाल युद्ध करके शहीद होया। उस शाही टिब्बी ते उहदा निशान सब चूंगा। बचित्र सिंह नूं मरण तों लंघणा गोली लग गई ते भार साहिब ज्यादा अजीत सिंह चुक के भट्टा साहब लै आए। उत्थों निहंगां दी हवेली छड के दसवें पातशाह चमकौर चले गए। 2 दिन उत्थे मुमताज बीबी निहंगां दी बेटी सेवा करती रही। ते जदों पठान आए ना तलाशी लैण वास्ते रोपड़ दे, ते निहंगां ने आख्या कि इस कमरे च मेरी धी ते मेरा जवाई है। उस बीबी ने बीबी मुमताज ने उदों ही प्रगट कर लिया कि इस तों बाद मेरा पति यही है। साध संगत जी भाई साहब का दूसरी रात शहीद हो गए, सुहास पूरे हो गए, पर बीबी की उम्र 130 साल दे नेड़े होई। चंडीगढ़ PGI हस्पताल तों उपर मुलापुर गरीबदास तों सड़क जाती है, उत्थों 20 मील दे अंदर एक गुरद्वारा बीबी मुमताज दा, तुसीं जा के दर्शन करो पहाड़ दी चोटी ते, जिथे सारी उम्र उस मुसलमान बच्ची ने गुरबाणी का जाप करदिआं नाम जपदिआं जत सत च रह के भाई बचित्र सिंह नूं अपना पति मान के जीवन बतीत कीता। सो उह बचित्र सिंह ते उहदे सिंह शहीद होए। अजब सिंह, अजैब सिंह ते अनक सिंह कि चमकौर दी गढ़ी साहिबजादिआं दे नाल शहीदी पाई है। हाथी दा नाम सुन के दुनी चंद भज गया ते थापी दे के बाजा वाले ने बचित्र सिंह तोड़ दिता। रिप मारे जन शस्त्रण तीखन। उदे सिंह केसरी जंग दा सिर वट के लिया, बड़े बड़े जंग उदय सिंह ने फतेह कीते। इंदे आदिक भए हजारे। इस तों बाद फिर हजारा ही खड़े हो गए। पहला 5 प्यारे, फिर 5 मुक्ते, फिर 11 सिंह, फिर मनी सिंह का परिवार, ते पिछों फिर हजारा ही खड़े होए अमृत छकण वास्ते। अमृत लेत रहत को धारे। अमृत प्राप्त करके गुरु कलगी धर दी रहत धारण कर रहे ने, सिक्खी धारण कर रहे ने। कौन कौन के गिनिए नामू। किन्हां किन्हां दे नाम दसीए जी। कवि जी कहते हजारा
ਇਤਿਹਾਸਕਾਰ ਦੇ ਰਿਪੋਰਟਾਂ ਦੇ 20,000 ਨੇ ਇੱਕੋ ਦਿਨ ਹੀ ਅੰਮ੍ਰਿਤ ਛਕ ਲਿਆ। 20,000 ਫੌਜ ਤਿਆਰ ਕਰਦੀ ਬਾਜਾ ਵਾਲੇ ਬੜੇ ਤੇਜ ਧਾਰੀ ਹੋ ਗਏ ਹਨ, ਸੂਰਮੇ ਬਣ ਗਏ ਹਨ। ਪੀਰ ਮੀਰ ਕੋ ਕੁਛ ਨਾ ਗਿਣਤੇ, ਹੁਣ ਕਿਸੇ ਮੀਰ ਪੀਰ ਦੀ ਪਰਵਾਹ ਨਹੀਂ। ਪਰਵਾਹ ਨਹੀਂ ਕਰਦੇ, ਆਪ ਸਰਦਾਰ ਸਿਰ ਸਿਰ ਦੇ ਉੱਤੇ ਦਵਾਲੇ ਸਜ ਗਏ ਨੇ, ਇਹ ਸਰਦਾਰ ਹੋ ਗਏ ਨੇ, ਸਿਰਾਂ ਵਾਲੇ ਹੋ ਗਏ ਨੇ। ਬੰਧਨ ਕੇ ਅੰਗ ਹਥਿਆਰ ਸਾਰੀਆਂ ਤੋੜ ਦਿੱਤੀਆਂ। ਮਹਾਰਾਜ ਕਹਿੰਦੇ ਮੇਰੇ ਸਿੰਘ ਵੱਡੇ ਵੱਡੇ ਦੁਮਾਲੇ ਸਜਾਣਗੇ। ਇਹ ਵੱਡੇ ਵੱਡੇ ਦੁਮਾਲੇ ਬਾਬਾ ਦੀਪ ਸਿੰਘ ਦੇ ਸੀ ਤੇ 13 ਚੱਕਰ ਝੂਲਦੇ ਸੀ। ਉਹ ਕਿਉਂ? ਜਿੰਨੇ ਗੁਰੂ ਨੂੰ ਮੰਨਣ ਵਾਲੇ ਸੀ ਸਾਰਿਆਂ ਨੇ ਗੁਰੂ ਦਾ ਬਚਨ ਮੰਨ ਲਿਆ, ਕੇਸਾਂ ਧਾਰੀ ਹੋ ਗਏ। ਬਾਹਲ ਨੇ ਸਿੰਘ ਨਾਮ ਧਰ ਖੜੇ ਅੰਮ੍ਰਿਤ ਛਕ ਲਿਆ ਤੇ ਸਿੰਘ ਨਾਮ ਉਹ ਧਾਰਨ ਕਰ ਲਿਆ। ਪਹਿਰ ਕਾਚ ਸ਼ੁਭ ਭੇਸ ਕਸ਼ਹਿਰਾ ਪਹਿਨ ਲਿਆ, ਦੁਮਾਲੇ ਸਜਾ ਲਏ, ਕਕਾਰ ਧਾਰਨ ਕਰ ਲਏ, ਸ਼ਸਤਰਾਂ ਨਾਲ ਸਜ ਗਏ, ਸ਼ਸਤਰ ਵਿਦਿਆ ਦਾ ਅਭਿਆਸ ਕਰਨ ਲੱਗੇ। ਇਉਂ ਮਹਾਰਾਜ ਨੇ ਖਾਲਸਾ ਸਾਜਿਆ ਸੀ। ਉਸ ਖਾਲਸੇ ਦਾ ਪਾਵਨ ਪੂਰਬ ਖਾਲਸੇ ਦਾ ਸਿਰਜਣਾ ਦਿਵਸ ਆਪਾਂ ਮਨਾ ਰਹੇ ਹਾਂ। ਸ਼ਕਟਨ ਦੇ ਇਸ ਪਾਵਨ ਸਥਾਨ ਤੇ ਜਿੱਥੇ ਗਦਰੀ ਬਾਬਿਆਂ ਨੇ, ਇਤਿਹਾਸਿਕ ਸਥਾਨ ਹੈ ਸਤਿ ਸ੍ਰੀ ਅਕਾਲ ਜੀ, ਜਿੱਥੇ ਵੱਖਰਾ ਹੀ ਨਜ਼ਾਰਾ ਹੈ, ਵੱਖਰਾ ਹੀ ਆਨੰਦ ਹੈ। ਅਸਾਮ ਸਾਰੇ ਗੁਰੂ ਦੇ ਪਰ ਜਿੱਥੇ ਬੰਦਗੀ ਵਾਲੀਆਂ ਜੱਪੀ ਤੱਪੀ ਰੂਹਾਂ ਬੈਠੀਆਂ ਹੋਣ, ਉਹਨਾਂ ਦੀ ਵਾਈਬ੍ਰੇਸ਼ਨ ਬੜੇ ਕਮਾਲ ਦੀ ਹੁੰਦੀ ਹੈ। ਇੱਥੇ ਤੁਸੀਂ ਗੁਰੂ ਦੇ ਪਿਆਰਿਆਂ ਦੇ 3 ਹਫ਼ਤੇ ਗੁਰੂ ਦਾ ਜਸ ਸਰਵਣ ਕੀਤਾ ਹੈ। ਦਾਸ ਕੋਲੋਂ ਹਾਜ਼ਰੀ ਭਰਦਿਆਂ ਹੋਇਆਂ, ਗੁਰ ਪ੍ਰਤਾਪ ਸੂਰਤ ਦੀ ਕਥਾ ਕਰਦਿਆਂ ਹੋਇਆਂ, ਕੋਈ ਅੱਖਰ ਵੱਧ ਘੱਟ ਨਿਕਲਿਆ ਹੋਵੇ ਮਾਫ਼ ਕਰਨਾ। ਕਰ ਦੇ ਲਾਸ਼ ਦੀਵਾਨ ਤੁਹਾਡੇ ਨਾਲ ਸੰਗਤਾਂ ਨਾਲ ਸਾਂਝਾ ਪਾ ਕੇ ਕੱਲ੍ਹ ਨੂੰ ਦਿਨ ਦੇ ਦੀਵਾਨ ਸ੍ਰੀ ਸਰਬਲੋਕ ਪ੍ਰਕਾਸ਼ ਗ੍ਰੰਥ ਵਿੱਚੋਂ ਜਿਹੜੀ ਬਾਜਾ ਵਾਲੇ ਨੇ ਖਾਲਸੇ ਦੀ ਮਹਿਮਾ ਲਿਖੀ ਹੈ ਉਹਦੀ ਕਥਾ ਸੰਗਤਾਂ ਨਾਲ ਸਾਂਝੀ ਕਰਨੀ ਹੈ ਅਤੇ ਫਿਰ ਤੁਹਾਡੇ ਤੋਂ ਆਗਿਆ ਲੈ ਲੈਣੀ ਹੈ। ਨਗਰ ਕੀਰਤਨ ਵੀ ਸਾਰਿਆਂ ਨੇ ਘਰ ਹਾਜ਼ਰੀਆਂ ਭਰਨੀਆਂ ਨੇ। ਸੋ ਦਾਸ ਫਿਰ ਕਿਮਾਂ ਦਾ ਜਾਤਕ ਹੈ, ਮਹਾਨ ਵਿਦਵਾਨ ਸਿੱਖ ਪੰਥ ਦੇ ਸਤਿਕਾਰਯੋਗ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਸਾਡੇ ਸੁਭਾਏਮਾਨ ਨੇ। ਹਰਿਮੰਦਰ ਸਾਹਿਬ ਦੇ ਕੀਰਤਨੀਏ ਭਲੋ ਭਲੋਏ ਕੀਰਤਨੀਆਂ, ਜਿੱਥੇ ਗੁਰੂ ਰਾਮਦਾਸ ਦੀਆਂ ਮਿਹਰਾਂ ਵਸਦੀਆਂ, ਬਖਸ਼ਾਂ ਵਸਦੀਆਂ ਨੇ। ਭਾਈ ਸਾਹਿਬ ਵੈਸੇ ਤਾਂ ਰਾਜੀ ਸਿੰਘ ਸਾਰੇ ਸਤਿਕਾਰਯੋਗ ਨੇ, ਪਰ ਭਾਈ ਸਾਹਿਬ ਨੂੰ ਜਦੋਂ ਦਾ ਦਾਸ ਮਿਲਿਆ ਵੀ ਰਾਗੀ ਸਿੰਘ ਰਾਗ ਵਿਦਿਆ ਤੋਂ ਇਲਾਵਾ ਜਿਹੜੀ ਹੋਰ ਗੁਰਮਤ ਦੀ ਵਿਦਿਆ ਹੈ, ਹੋਰ ਵੀ ਗ੍ਰੰਥਾਂ ਦੀ ਵਿਦਿਆ ਹੈ, ਹਰ ਵੇਲੇ ਪੜ੍ਹਦੇ ਰਹਿੰਦੇ ਹੈ। ਅੱਜ ਪੰਥ ਨੂੰ ਇਹੋ ਜਿਹੇ ਵਿਦਵਾਨਾਂ ਦੀ ਲੋੜ ਹੈ। ਆਪਾਂ ਸਾਰੇ ਹੀ ਗੁਰੂ ਕਲਗੀਧਰ ਦੇ ਸਿੰਘ ਹਾਂ ਨਾ, ਆਪਣਾ ਇਤਿਹਾਸ ਘੱਟੋ ਘੱਟ ਪੰਥ ਪ੍ਰਕਾਸ਼ ਦੀ ਕਥਾ ਹੀ ਪੜ੍ਹ ਲਓ ਸੁਣ ਲਓ, ਤਾਂ ਵੀ ਸਾਨੂੰ ਬੜਾ ਪਤਾ ਲੱਗ ਜਾਂਦਾ। ਥੋੜ੍ਹਾ ਜਿਹਾ ਸਮਾਂ ਕੱਢਿਆ ਕਰੀਏ, ਰੋਜ਼ 15 ਮਿੰਟ ਕੱਢ ਲਿਆ ਕਰੋ ਨਾ, ਅਤੇ ਬੜਾ ਖਜ਼ਾਨਾ। ਸਾਈਂ ਬੋਲੇ ਸਰ 40 ਸਾਲਾਂ ਦੇ ਹੋ ਗਏ ਪੜ੍ਹੇ ਨਹੀਂ ਸੀ, ਇੱਕ ਦਿਨ ਛੱਤ ਚੋਂਦਾ ਸੀ ਥੱਲੇ ਕੁੱਜਾ ਰੱਖ ਦਿੱਤਾ, ਟੁੱਪ ਟੁੱਪ ਕਰਕੇ ਤੁਪਕਾ ਤੁਪਕਾ ਕੁੱਜਾ ਭਰ ਗਿਆ। ਕਹਿੰਦੇ ਜੇ ਮੈਂ ਇੱਕ ਅੱਖਰ ਰੋਜ਼ ਪੜ੍ਹਦਾ ਤਾਂ ਮੇਰਾ ਕੁੱਜਾ ਕਿੰਨਾ ਭਰ ਜਾਣਾ ਸੀ। ਤੁਸੀਂ ਰੋਜ਼ ਥੋੜ੍ਹਾ ਥੋੜ੍ਹਾ ਗੁਰਮਤਿ ਦੇ ਗ੍ਰੰਥਾਂ ਨੂੰ, ਗੁਰਬਾਣੀ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ ਸ਼ੁਰੂ ਕਰ ਦਿਓ, ਬੜੇ ਖਜ਼ਾਨੇ ਭਰ ਜਾਣਗੇ। ਸੋ ਦਾਸ ਕਿਮਾਂ ਦਾ ਜਾਤਕ ਹੈ।